ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਅਤੇ ਨਿਊ ਵੀਡੀਓ ਵੀਰ ਜੀ। ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ, ਅਤੇ ਚੈਨਲ ਨੂੰ ਐਡਾ ਪਿਆਰ ਦੇਣ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਅੱਗੇ ਦੇਖ ਲਓ ਵੀਰ ਜੀ, ਤੁਸੀਂ ਵੀਡੀਓ ਦੇ ਵਿੱਚ ਕਾਫੀ ਸਾਰੇ ਸੰਦ ਟਰੈਕਟਰ ਟਰੋਲੀਆਂ ਦੇਖੋਗੇ ਵੀਰ। ਸਭ ਤੋਂ ਪਹਿਲਾਂ ਜਿਹੜਾ ਸੰਦ ਹੈ ਵੀਰ ਜੀ, KSA ਦੀ ਮਸ਼ੀਨ ਆ ਰਹੀ ਹੈ ਵੀਰ, ਤੂੜੀ ਵਾਲੀ ਮਸ਼ੀਨ ਹੈ ਵੀਰ ਜੀ, ਜਿਹਨੂੰ ਰੀਪਰ ਕਹਿੰਦੇ ਆ ਜੀ, ਤੂੜੀ ਵਾਲਾ ਰੀਪਰ, KSA ਦਾ 2014 ਮਾਡਲ ਹੈ ਵੀਰ। ਇਹ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਹੁਤ ਹੀ ਵਧੀਆ ਕੰਡੀਸ਼ਨ ਦਾ ਇਹ ਹੈਗਾ ਵੀਰ। 1,30,000 ਰੁਪਏ ਦੀ ਵੀਰ ਨੇ ਦੀ ਡਿਮਾਂਡ ਰੱਖੀ ਹੈ ਜੀ, ਅਤੇ 756 DV ਮਾਡਲ ਹੈ ਵੀਰ ਇਹ, ਅਤੇ ਬਠਿੰਡਾ ਵੀਰ ਦਾ ਏਰੀਆ ਜੀ, ਬਠਿੰਡਾ ਪੰਜਾਬ, 20% ਟਾਇਰ ਪਏ ਨੇ ਵੀਰ ਇਹਦੇ। ਅਤੇ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, 94648 ਅਤੇ 28,000, 94648 ਅਤੇ ਪੂਰਾ 28,000 ਵੀਰ ਦਾ ਨੰਬਰ ਹੈ ਸਕਰੀਨ ਦੇ ਉੱਪਰ ਆ ਰਿਹਾ ਜੀ। ਜੇਕਰ ਸਾਡੇ ਚੈਨਲ ਦੇ ਮੈਸੇਜ ਤੁਹਾਡੇ ਕੋਲ ਨਹੀਂ ਪਹੁੰਚਦੇ ਜਦੋਂ ਅਸੀਂ ਨਵੀਂ ਵੀਡੀਓ ਪਾਈ ਦੀ ਹੈ ਜੀ, ਤਾਂ ਟਾਈਮ ਸਿਰ ਮੈਸੇਜ ਪਾਉਣ ਦੇ ਲਈ ਵੀਰ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ, ਉਹਨੂੰ ਦਬਾ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਨਾਲ ਹੀ ਹੋਊਗਾ ਇੱਕ ਘੰਟੀ ਦਾ ਬਟਨ, ਉਹਨੂੰ ਦੱਬ ਲਿਓ ਜੀ। ਉਦੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਵੀਰ, ਤਾਂ ਟਾਈਮ ਸਿਰ ਤੁਹਾਡੇ ਕੋਲ ਉਹਦਾ ਇੱਕ ਮੈਸੇਜ ਚਲਾ ਜਾਇਆ ਕਰੂਗਾ, ਅਤੇ ਤੁਸੀਂ ਕੋਈ ਵੀ ਵੀਡੀਓ ਬਿਨ ਦੇਖੇ ਬਿਨਾਂ ਨਹੀਂ ਰਹਿ ਸਕੋਗੇ। ਅਤੇ ਤੁਸੀਂ ਡੇਲੀ ਹੀ ਸਾਡੇ ਚੈਨਲ 'ਤੇ ਕਾਫੀ ਸਾਰੀਆਂ ਵੀਡੀਓ ਨਵੀਆਂ ਨਵੀਆਂ ਚੜ੍ਹਦੀਆਂ ਨੇ, ਜਿਨ੍ਹਾਂ 'ਚ ਬਹੁਤ ਸਾਰੇ ਸੰਦ ਟਰੈਕਟਰ ਟਰੋਲੀਆਂ ਅਤੇ ਹੋਰ ਖੇਤੀਬਾੜੀ ਦੇ ਸੰਦ ਦਿਖਾਏ ਜਾਂਦੇ ਆ ਜੀ। ਸਾਰੀਆਂ ਵੀਡੀਓ ਤੁਹਾਡੇ ਕੋਲ ਟਾਈਮ ਸਿਰ ਪਹੁੰਚਣਗੀਆਂ ਜੀ, ਅਤੇ ਸਾਰੇ ਵੀਰ ਇਹ ਬਟ ਜ਼ਰੂਰ ਦੱਬ ਲੈਣ ਜੀ। ਅਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਇੰਨਾ ਪਿਆਰ ਕਰਨ ਦੇ ਲਈ ਵੀਰ। ਤੁਹਾਡਾ ਆਪਣਾ ਚੈਨਲ ਹੈ, ਅਤੇ ਫਾਰਮ ਟਰੈਕ 60 ਦੇਖ ਰਹੇ ਹੋ ਵੀਰ ਜੀ ਤੁਸੀਂ, 2008 ਮਾਡਲ ਹੈ ਜੀ, 3,50,000 ਰੁਪਏ ਦੀ ਡਿਮਾਂਡ ਹੈ ਵੀਰ ਦੀ। ਸਿਰਸਾ ਵੀਰ ਦਾ ਏਰੀਆ ਜੀ, ਏਰੀਆ ਹੁੰਦਾ ਵੀਰ ਇਹ, ਅਤੇ ਇਹ ਲੋਕਲ ਕਿਸਾਨਾਂ ਦੇ ਪਿੰਡਾਂ ਦੇ ਵਿੱਚ ਖੜ੍ਹੇ ਹੋਏ ਟਰੈਕਟਰ ਹੁੰਦੇ ਆ ਵੀਰ ਜੀ। ਅਸੀਂ ਏਰੀਆ ਦੱਸੀਦਾ, ਜਿਹੜਾ ਕਿ ਲਵੇ ਕੋਈ ਵੱਡਾ ਸ਼ਹਿਰ ਹੁੰਦਾ ਉਹ, ਅਸੀਂ ਵੀਡੀਓ ਦੇ ਵਿੱਚ ਵੀਰ ਨੂੰ ਪੁੱਛ ਕੇ ਪਾਈਦਾ ਜੀ। ਅਤੇ 70 ਪੈਸੇ ਵੀਰ ਇਹਦੇ ਟਾਇਰ ਨੇ, ਅਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ। ਜੇਕਰ ਕੋਈ ਵੀ ਕਿਸਾਨ ਵੀਰ ਇਹ ਟਰੈਕਟਰ ਖਰੀਦਣਾ ਚਾਹੁੰਦਾ ਜੀ, ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ, ਫਾਰਮ ਟਰੈਕ 60, 2008 ਮਾਡਲ, ਅਤੇ 3,50,000 ਰੁਪਏ ਦੀ ਡਿਮਾਂਡ ਹੈ ਵੀਰ ਇਹ। ਲਾਸਟ ਰੇਟ ਨਹੀਂ ਹੁੰਦਾ, ਲਾਸਟ ਰੇਟ ਤੁਸੀਂ ਮੌਕੇ 'ਤੇ ਪੁੱਛ ਸਕਦੇ ਹੋ, ਅਤੇ ਮੌਕੇ ਦੇ ਉੱਤੇ ਕਾਫੀ ਰੇਟ ਮਤਲਬ ਕਿ ਘੱਟ ਜਾਂਦਾ। ਕਈ ਵੀਰ ਕਹਿੰਦੇ ਵੀ ਰੇਟ ਜ਼ਿਆਦਾ ਪਵਾਉਂਦੇ ਆ ਕਿਸਾਨ ਵੀਰ, ਅਤੇ ਉਹ ਵੀ ਥੋੜ੍ਹਾ ਜ਼ਿਆਦਾ ਇੱਦਾਂ ਹੀ ਪਵਾਇਆ ਹੁੰਦਾ, ਕਿਉਂਕਿ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਜਿੰਨਾ ਰੇਟ ਰੱਖਿਆ ਹੁੰਦਾ ਉਦੋਂ ਥੋੜ੍ਹਾ ਜਿਹਾ ਘੱਟ ਕੇ ਹੀ ਲਿੱਤਾ ਜਾਵੇ, ਤਾਂ ਕਰਕੇ ਸਾਰਾ ਰੇਟ ਇਹ ਮੌਕੇ ਦੇ ਉੱਤੇ ਘੱਟ ਵੱਧ ਹੋ ਜਾਂਦਾ। ਤੁਸੀਂ ਮੌਕੇ ਦੇ ਵੀਰਾਂ ਨਾਲ ਕੰਟੈਕਟ ਕਰਕੇ ਪੁੱਛ ਸਕਦੇ ਹੋ। ਹੋਡੀ ਛਾਤਰੀ ਲੱਗੇ ਹੋਏ, ਕੰਡੀਸ਼ਨ ਬਹੁਤ ਵਧੀਆ ਵੀਰ ਜੀ ਟਰੈਕਟ ਦੀ, ਅਤੇ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਵੀਰ ਜੀ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗੀ ਜੀ। ਬਹੁਤ ਹੀ ਵਧੀਆ ਕੰਡੀਸ਼ਨ ਦਾ ਇਹ ਟਰੈਕਟ ਸੀ ਵੀਰ। ਅੱਗੇ ਵੀਰ ਤੁਸੀਂ ਦੇਖ ਰਹੇ ਹੋ ਜਿਹੜਾ ਟਰੈਕਟ, ਇਹ ਵੀ ਸਿਰਸਾ ਹਰਿਆਣਾ ਤੋਂ ਵੀ ਆ ਟਰੈਕਟ ਵੀਰ ਇਹ, ਅਤੇ ਸੋਨਾਲੀਕਾ 60 DI ਟਰੈਕਟ ਆ ਵੀਰ ਇਹ, ਇੰਟਰਨੈਸ਼ਨਲ ਸੋਨਾਲੀਕਾ DI 60, 2007 ਮਾਡਲ ਹੈ ਵੀਰ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟ, 2,55,000 ਰੁਪਏ ਦੀ ਡਿਮਾਂਡ ਹੈ ਵੀਰ ਦੀ। ਸਿਰਸਾ ਹਰਿਆਣਾ ਵੀਰ ਦਾ ਏਰੀਆ ਜੀ, 40 ਪੈਸੇ ਟਾਇਰ ਪਏ ਨੇ ਜੀ। ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, 94,667, 48,861, 94,667 ਅਤੇ 48,861 ਵੀਰ ਦਾ ਨੰਬਰ ਹੈ, ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਇਹ ਵੀਰ ਜੀ ਟਰੈਕਟ ਹੈ ਜਿਹੜਾ ਖਰੀਦ ਸਕਦੇ ਹੋ ਜੀ। ਸੋਨਾਲੀਕਾ DI 60, 2007 ਮਾਡਲ, 2,55,000 ਰੁਪਏ ਦੀ ਡਿਮਾਂਡ ਜੀ। ਸਰਸਾ ਹਰਿਆਣਾ ਏਰੀਆ, 40 ਪੈਸੇ ਟਾਇਰ ਪਏ ਨੇ ਵੀਰ ਜੀ। ਇਹ ਪਿਛਲੇ ਟਾਇਰਾਂ ਦੀ ਆਪਾਂ ਗੱਲ ਕਰ ਰਹੇ ਹਾਂ, 40 ਪੈਸੇ ਟਾਇਰ ਪਏ ਨੇ। ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਟਰੈਕਟਰ ਟਰੋਲੀ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਸਾਡੀ ਯੂਟਿਊਬ ਚੈਨਲ 'ਤੇ ਕਰਾਉਣਾ ਚਾਹੁੰਦੇ ਹੋ ਜੀ, ਬਿਲਕੁਲ ਫ੍ਰੀ ਦੇ ਵਿੱਚ,
ਅਤੇ ਐਡ ਕਰਵਾਉਣ ਦੇ ਲਈ ਵੀਰ ਜੀ ਆਪਣੇ ਸੰਦ ਦੀਆਂ ਟਰੈਕਟਰ ਟਰੋਲੀ ਦੀਆਂ ਜੋ ਵੀ ਹੈ ਤੁਹਾਡੇ ਕੋਲ ਸੇਲ ਕਰਨ ਦੇ ਲਈ ਉਹਦੀਆਂ 5 ਤੋਂ 7 ਫੋਟੋਆਂ ਖਿੱਚਣੀਆਂ ਜੀ ਪੂਰੀਆਂ ਵਧੀਆ ਫੋਨ ਨੂੰ ਟੇਢਾ ਕਰਕੇ ਅਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਆ ਰਹੀ ਹੈ ਖੱਟੇ ਅੱਖਰਾਂ 'ਚ ਇਹ ਸਾਰੀ ਜਾਣਕਾਰੀ ਲਿਖ ਕੇ ਤੁਸੀਂ ਮੇਰੇ ਵਟਸਐਪ ਨੰਬਰ 'ਤੇ ਸੈਂਡ ਕਰ ਦੇਣੀ ਹੈ ਜੀ। ਸਾਰੇ ਮੇਰੇ ਵੀਰ ਵਟਸਐਪ ਨੰਬਰ ਮੇਰਾ ਨੋਟ ਕਰ ਲੈਣ ਜੀ 88 376 65 987 88 376 65 987 ਸਾਡਾ ਵਟਸਐਪ ਨੰਬਰ ਹੈ ਜੀ ਜਿਹਤੇ ਤੁਸੀਂ ਸਾਨੂੰ ਫੋਟੋਆਂ ਅਤੇ ਜਾਣਕਾਰੀ ਭੇਜ ਦਿਓ ਅਤੇ ਉਦੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਯੂਟਿਊਬ ਚੈਨਲ 'ਤੇ ਲਗਾ ਦਿਆਂਗੇ ਜੀ। ਅਤੇ ਨਾ ਹੀ ਕਿਸੇ ਵੀਰ ਤੋਂ ਕਿਸੇ ਤਰ੍ਹਾਂ ਦਾ ਕੋਈ ਟਰੈਕਟਰ ਸੇਲ ਹੋਣ ਵਿੱਚ ਕਮਿਸ਼ਨ ਲਿੱਤਾ ਜਾਂਦਾ ਜੀ, ਸਾਰਾ ਕੁਝ ਫ੍ਰੀ ਕੀਤਾ ਜਾਂਦਾ ਜੀ। ਅਤੇ ਜਿਹੜੇ ਕਿਸਾਨ ਵੀਰ ਦੀ ਐਡ ਆਉਂਦੀ ਹੈ ਵੀਰ ਉਸੇ ਦਾ ਹੀ ਨੰਬਰ ਵਿੱਚ ਪਾ ਕੇ ਅਤੇ ਐਡ ਲਗਾ ਦਿੱਤੀ ਜਾਂਦੀ ਹੈ ਅਤੇ ਵੀਰ ਨਾਲ ਹੀ ਕੰਟੈਕਟ ਕਰਕੇ ਕਿਸਾਨ ਵੀਰ ਜਿਹੜੇ ਆਪਣੀ ਡੀਲ ਕਰ ਲੈਂਦੇ ਜੀ। ਸਾਡੇ ਚੈਨਲ ਦਾ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ, ਸਾਡਾ ਸਿਰਫ ਐਡ ਲਾਉਣ ਦਾ ਕੰਮ ਹੈ ਜੀ, ਉਹ ਵੀ ਬਿਲਕੁਲ ਫ੍ਰੀ ਦੇ ਵਿੱਚ। ਸਾਰੀ ਜਾਣਕਾਰੀ ਹੁੰਦੀ ਜਿਹੜੀ ਕਿਸਾਨ ਵੀਰ ਦੱਸਦਾ, ਰੇਟ ਵਗੈਰਾ ਸਭ ਕੁਝ ਕਿਸਾਨ ਵੀਰ ਤੈਅ ਕਰਦਾ ਜੀ। ਅਤੇ ਅਗਲਾ ਜਿਹੜਾ ਤੁਸੀਂ ਟਰੈਕਟ ਦੇਖ ਰਹੇ ਹੋ ਵੀਰ ਜੀ, ਮਹਿੰਦਰਾ 265 DI 1991 ਮਾਡਲ ਹੈ ਵੀਰ ਜੀ, ਓਲਡ ਮਾਡਲ ਟਰੈਕਟ ਹੈ ਵੀਰ ਇਹ 1991 ਮਾਡਲ ਮਹਿੰਦਰਾ 265 DI। ਅਤੇ 1,45,000 ਰੁਪਏ ਦੀ ਡਿਮਾਂਡ ਹੈ ਵੀਰ ਜੀ, ਇਹ ਲਾਸਟ ਰੇਟ ਹੈ ਨਹੀਂ, ਰੇਟ ਕਾਫੀ ਮਤਲਬ ਕਿ ਉੱਪਰ ਨੀਚੇ ਹੋ ਜਾਂਦੇ ਨੇ, ਮੌਕੇ ਦੇ ਉੱਤੇ ਤੁਸੀਂ ਪੁੱਛ ਸਕਦੇ ਹੋ। UP 21 ਏਰੀਆ ਵੀਰ ਇਹਦਾ, UP 21 ਨੰਬਰ ਹੋ ਸਕਦਾ ਟਰੈਕਟ ਦਾ। ਅਤੇ 50 ਪੈਸੇ ਵੀਰ ਇਹਦੇ ਟਾਇਰ ਪਏ ਨੇ, ਯਾਨੀ ਕਿ ਅੱਧੇ ਟਾਇਰ ਪਏ ਨੇ, 30 ਪੈਸੇ ਅਗਲੇ ਟਾਇਰ ਪਏ ਨੇ ਵੀਰ ਜੀ। ਕਿਸਾਨ ਵੀਰ ਜਿਹੜਾ ਨੰਬਰ ਹੈ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, 86 309 ਅਤੇ 55 319 86 309 ਅਤੇ 55 319 ਵੀਰ ਦਾ ਨੰਬਰ ਹੈ। ਮਹਿੰਦਰਾ 265 DI ਟਰੈਕਟ ਹੈ ਜੀ, 1991 ਮਾਡਲ ਹੈ ਜੀ, 1,45,000 ਰੁਪਏ ਦੀ ਵੀਰ ਦੀ ਡਿਮਾਂਡ ਹੈ ਜੀ, ਯੂਪੀ ਏਰੀਆ ਵੀਰ ਦਾ। ਅਤੇ 50% ਟਾਇਰ ਪਏ ਨੇ ਵੀਰ ਜੀ, ਅਗਲੇ ਟਾਇਰ ਦੇ 30 ਤੋਂ 40% ਪਏ ਨੇ ਜੀ। ਜੇਕਰ ਕੋਈ ਵੀ ਕਿਸਾਨ ਵੀ ਟਰੈਕਟ ਲੈਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ। ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟ ਹੈ, ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਦੱਸੀ ਜਾਂਦੀ ਹੈ ਵੀਰ ਇਹ। ਅਤੇ ਓਕੇ ਕੰਡੀਸ਼ਨ ਦਾ ਟਰੈਕਟ ਸੀ ਵੀਰ, ਕਾਗਜ਼ ਵਗੈਰਾ ਸਭ ਕੁਝ ਓਕੇ ਹੁੰਦੇ ਨੇ ਵੀਰ, ਜਿੰਨੇ ਵੀ ਆਪਣੇ ਕੋਲ ਟਰੈਕਟ ਆਏ ਜਾਂਦੇ ਨੇ ਅਤੇ ਸਭ ਕੁਝ ਓਕੇ ਹੁੰਦਾ ਵੀਰ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ। ਜਿੰਨੇ ਵੀ ਆਪਣੇ ਕੋਲ ਸੰਦ ਟਰੈਕਟਰ ਟਰੋਲੀਆਂ ਦਿਖਾਏ ਜਾਂਦੇ ਨੇ ਅਤੇ ਲੋਕਲ ਕਿਸਾਨਾਂ ਦੇ ਖੜ੍ਹੇ ਸੰਦ ਹੁੰਦੇ ਜਿਹੜੇ ਘਰੇ ਮਤਲਬ ਕਿ ਯੂਜ਼ ਕਰ ਰਹੇ ਹੁੰਦੇ ਨੇ ਵੀਰ, ਅਤੇ ਕੋਈ ਵੀ ਡੀਲਰ ਵਾਲਾ ਸੰਦ ਆਪਣੇ ਚੈਨਲ 'ਤੇ ਨਹੀਂ ਦਿਖਾਇਆ ਜਾਂਦਾ ਵੀਰ ਜੀ। ਜੇ ਦਿਖਾਇਆ ਵੀ ਜਾਂਦਾ ਤਾਂ ਆਪਾਂ ਸਪੈਸ਼ਲ ਦੱਸਿਆ ਜਾਂਦਾ ਵੀ ਡੀਲਰ ਦਾ ਸੰਦ ਹੈ ਅਤੇ ਲੋਕਲੀ ਕਿਸਾਨ ਵੀਰਾਂ ਦੇ ਸੰਦ ਹੁੰਦੇ ਨੇ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ, ਰੀਪਰ ਤੂੜੀ ਵਾਲੀ ਮਸ਼ੀਨ ਅਰਜਿੰਦਰਾ ਦਾ, ਅਤੇ 2005 ਮਾਡਲ ਹੈ ਵੀਰ, ਅਤੇ 60,000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ। ਪਟਿਆਲਾ ਵੀਰ ਦਾ ਏਰੀਆ ਜੀ, 70 ਪੈਸੇ ਟਾਇਰ ਪਏ ਨੇ ਵੀਰ ਇਹਦੇ। ਅਤੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਖੱਟੇ ਅੱਖਰਾਂ ਦੇ ਵਿੱਚ, ਸਾਰੇ ਵੀਰ ਨੋਟ ਕਰ ਲੈਣ ਜੀ, 82 840 62 074 82 840 62 074 ਕਿਸਾਨ ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ। ਰੀਪਰ ਹੈ ਵੀਰ ਤੂੜੀ ਵਾਲਾ, 2005 ਮਾਡਲ, 60,000 ਰੁਪਏ ਦੀ ਡਿਮਾਂਡ, ਪਟਿਆਲਾ ਏਰੀਆ, 70 ਕੁ ਪੈਸੇ ਟਾਇਰ ਪਏ ਨੇ ਵੀਰ। ਅਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਹੈ। ਅਤੇ ਵੀਰ ਐਡ ਆਪਣੇ ਚੈਨਲ 'ਤੇ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ, ਆਪਣਾ ਨੰਬਰ ਨੋਟ ਕਰ ਲਓ 88 376 65 987 ਅਤੇ ਇਹਦੇ ਤੁਸੀਂ ਫੋਟੋਆਂ ਅਤੇ ਜਾਣਕਾਰੀ ਭੇਜ ਕੇ ਐਡ ਬਿਲਕੁਲ ਫ੍ਰੀ ਸਾਡੇ ਚੈਨਲ 'ਤੇ ਲਵਾ ਸਕਦੇ ਹੋ। ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਹੈ ਵੀਰ ਜੀ, ਸਾਰਾ ਕੰਮ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਜੀ। ਚੈਨਲ ਲਈ ਤੁਸੀਂ ਬਸ ਸਿਰਫ ਇੱਕੋ ਹੀ ਕੰਮ ਕਰਨਾ ਜੀ, ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ, ਉਹਨੂੰ ਦੱਬ ਲਿਓ, ਨਾਲ ਹੀ ਘੰਟੀ ਦਾ ਬਟਨ ਆਊ ਉਹਨੂੰ ਦੱਬ ਲਿਓ। ਉਦੋਂ ਬਾਅਦ ਅਸੀਂ ਜਿਹੜੀ ਵੀਡੀਓ ਪਾਵਾਂਗੇ ਤੁਹਾਡੇ ਕੋਲ ਮੈਸੇਜ ਦਾ ਚੱਲਿਆ ਜਾਇਆ ਕਰੂਗਾ, ਥੱਲੇ ਇੱਕ ਤੀਰ ਦਾ ਨਿਸ਼ਾਨ ਹੋਊਗਾ ਜੀ, ਉਹਨੂੰ ਦੱਬ ਕੇ ਸਾਡੀਆਂ ਵੀਡੀਓ ਤੁਸੀਂ ਟਾਈਮ ਸਿਰ ਵਟਸਐਪ ਗਰੁੱਪਾਂ ਦੇ ਅਤੇ ਫੇਸਬੁੱਕ 'ਤੇ ਸ਼ੇਅਰ ਕਰਦੇ ਰਿਹਾ ਕਰੋ। ਅਤੇ ਇੰਨਾ ਹੀ ਮਤਲਬ ਕਿ ਬਹੁਤ ਧੰਨਵਾਦ ਹੁੰਦਾ ਵੀਰ ਵੀਰਾਂ ਦਾ ਜਿਹੜੇ ਕਿ ਵੀਡੀਓ ਨੂੰ ਸ਼ੇਅਰ, ਲਾਈਕ ਅਤੇ ਕਮੈਂਟ ਕਰਦੇ ਨੇ। ਲਾਈਕ ਕਰੇ ਬਿਨਾਂ ਕਿਤੇ ਨਹੀਂ ਜਾਣਾ, ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ।
ਅਤੇ ਸਬਸਕ੍ਰਾਈਬ ਕਰ ਲਓ, ਜਿਨ੍ਹਾਂ ਨੇ ਕਰ ਰੱਖਿਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਤੁਸੀਂ ਦੇਖ ਲਓ ਵੀਰ ਜੀ, HMT 3511 ਟਰੈਕਟ ਹੈ ਜੀ, 1992 ਮਾਡਲ ਹੈ ਜੀ। HMT 3511 ਟਰੈਕਟਰ 90,000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ, 90,000 ਰੁਪਈਆ ਮੁੱਲ ਮੰਗਿਆ ਜੀ ਇਹਦਾ। ਰੇਟ ਵੀਰ ਇਹ ਫਾਈਨਲ ਨਹੀਂ, ਉੱਪਰ ਨੀਚੇ ਹੋ ਜਾਂਦਾ, ਮੌਕੇ ਤੁਸੀਂ ਕਰ ਸਕਦੇ ਹੋ ਜੀ। ਮਾਨਸਾ ਇਹਨਾਂ ਦਾ ਏਰੀਆ ਜੀ, ਮਾਨਸਾ ਪੰਜਾਬ। 80 ਪੈਸੇ ਵੀਰ ਇਹਦੇ ਟਾਇਰ ਪਏ ਨੇ, ਪਿਛਲੇ ਟਾਇਰਾਂ ਦੀ ਜਿਹੜੀ ਕੰਡੀਸ਼ਨ ਹੈ ਵੀਰ ਉਹ 80 ਪੈਸੇ ਹੈ, ਅਤੇ ਅੱਧੇ ਕੁ ਤੋਂ ਥੋੜ੍ਹੇ ਜਿਹੇ ਜ਼ਿਆਦਾ ਵੀਰ ਇਹਦੇ ਅਗਲੇ ਟਾਇਰ ਪਏ ਨੇ। ਕਿਸਾਨ ਵੀਰ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਆ ਹੀ ਰਿਹਾ, 98884 ਅਤੇ 62877, 98884 62877 ਕਿਸਾਨ ਵੀਰ ਦਾ ਨੰਬਰ ਹੈ। ਅਤੇ ਹੁੱਡ ਛਤਰੀ ਲੱਗੇ ਹੋਏ ਨੇ ਵੀਰ, ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਟਰੈਕਟਰ ਦੇ ਉੱਪਰ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਹੁਤ ਵਧੀਆ ਕੰਡੀਸ਼ਨ ਦਾ ਟਰੈਕ, ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਓਕੇ ਹੈ ਜੀ। HMT 3511 1992 ਮਾਡਲ, 90,000 ਰੁਪਏ ਦੀ ਡਿਮਾਂਡ, 80 ਪੈਸੇ ਟਾਇਰ ਪਏ ਨੇ ਵੀਰ ਇਹਦੇ। ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਰ ਦਾ ਅਤੇ ਟਰੈਕਟਰ ਦੀ। ਅਤੇ ਵੀਰ ਦਾ ਏਰੀਆ ਜਿਹੜਾ ਉਹ ਮਾਨਸਾ ਏਰੀਆ ਵੀਰ, ਮਾਨਸਾ ਪੰਜਾਬ ਦੇ ਵਿੱਚ ਰਹਿ ਗਿਆ। ਸਾਰੇ ਟਰੈਕਟਰ ਵੀਰ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਆਪਣੇ ਚੈਨਲ 'ਤੇ ਦਿਖਾਏ ਜਾਂਦੇ ਨੇ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਵੀਰ ਟਰੈਕਟਰਾਂ ਦੇ ਵਿੱਚ। ਅਤੇ ਕਾਗਜ਼ ਵਗੈਰਾ ਦੀ ਵੀਰ ਫੁੱਲ ਜ਼ਿੰਮੇਵਾਰੀ ਹੁੰਦੀ, ਜਿੰਨੇ ਵੀ ਆਪਣੇ ਟਰੈਕਟ ਯੂਟਿਊਬ 'ਤੇ ਚੈਨਲ 'ਤੇ ਦਿਖਾਈ ਜਾਂਦੇ ਆ, ਜੇ ਕਿਸੇ ਵੀਰ ਦਾ ਕੋਈ ਕਾਗਜ਼ ਵਗੈਰਾ ਅਸੀਂ ਪੁੱਛਦੇ ਹੁੰਦੇ ਐਡ ਲਾਉਣ ਤੋਂ ਪਹਿਲਾਂ ਨਹੀਂ ਪੂਰੇ, ਤਾਂ ਉਹਦੀ ਐਡ ਆਪਾਂ ਨਹੀਂ ਲਗਾਈ ਦੀ। ਜਿਨ੍ਹਾਂ ਟਰੈਕਟਰਾਂ ਦਾ ਪ੍ਰੋਪਰ ਵੀਰ ਜੀ ਸਾਰਾ ਕੰਮ ਓਕੇ ਹੁੰਦਾ, ਉਹਨਾਂ ਦੀ ਹੀ ਐਡ ਤੁਹਾਡੇ ਲਈ ਆਪਾਂ ਲੈ ਕੇ ਆਈ ਦੀ ਹੈ। ਅਤੇ ਫਾਰਮ ਟਰੈਕ 60 ਦੇਖ ਰਹੇ ਹੋ ਵੀਰ ਜੀ, ਅੱਗੇ ਤੁਸੀਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟ ਦੀ। ਅਤੇ ਬਾਕੀ ਤੁਸੀਂ ਵਧੇਰੇ ਜਾਣਕਾਰੀ ਲਈ ਵੀਰ ਦਾ ਨੰਬਰ ਦਿੱਤਾ ਜੀ, ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ, ਨਾਲ ਦਾ ਰੰਗ ਹੈ ਵੀਰ ਜੀ, ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟ ਹੈ। ਫਾਰਮ ਟਰੈਕ 60 2007 ਮਾਡਲ ਹੈ ਜੀ, 2,95,000 ਵੀਰ ਨੇ ਦੀ ਡਿਮਾਂਡ ਰੱਖੀ ਹੈ ਜੀ। ਅਤੇ ਇਹ ਲਾਸਟ ਰੇਟ ਨਹੀਂ ਹੈਗਾ ਵੀਰ, ਤੁਸੀਂ ਮੌਕੇ 'ਤੇ ਕਰ ਸਕਦੇ ਹੋ। ਸਰਸਾ ਵੀਰ ਦਾ ਏਰੀਆ ਜੀ, ਸਿਰਸਾ ਹਰਿਆਣਾ। ਅਤੇ 60 ਕੁ ਪੈਸੇ ਵੀਰ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ, ਪਿਛਲੇ ਟਾਇਰਾਂ ਦੀ ਕੰਡੀਸ਼ਨ 60 ਕੁ ਪੈਸੇ ਹੈ, ਅਤੇ ਅੱਧੇ ਕੁ ਟਾਇਰ ਵੀਰ ਇਹਦੇ ਅਗਲੇ ਟਾਇਰ ਪਏ ਨੇ। ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ, ਅਤੇ ਇਹਨਾਂ ਦਾ ਨੰਬਰ ਹੈਗਾ ਜੀ 90509 97097, 90509 97097 ਕਿਸਾਨ ਵੀਰ ਦਾ ਨੰਬਰ ਹੈ, ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ। ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਕਾਗਜ਼ ਵਗੈਰਾ ਵੀਰ ਜੀ ਸਭ ਕੁਝ ਓਕੇ ਨੇ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਫਾਰਮ ਟਰੈਕ 60 2007 ਮਾਡਲ, 2,95,000 ਰੁਪਏ ਦੀ ਡਿਮਾਂਡ ਹੈ ਵੀਰ ਦੀ, ਅਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟ, 70 ਕੁ ਪੈਸੇ ਟਾਇਰ ਪਏ ਨੇ ਵੀਰ ਜੀ ਟਰੈਕਟਰ ਦੇ, ਅਤੇ A1 ਕੰਡੀਸ਼ਨ ਦਾ ਟਰੈਕਟ ਪਿਆ ਵੀਰ ਜੀ, ਸਭ ਕੁਝ ਓਕੇ ਹੈ, ਇੰਜਨ ਗੇਅਰ ਪੰਪ ਵਗੈਰਾ ਸਭ ਕੁਝ ਓਕੇ ਹੈ ਵੀਰ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਟਰੈਕਟ ਵਿੱਚ ਨਹੀਂ ਹੈਗੀ। ਅਤੇ ਅਗਲਾ ਜਿਹੜਾ ਵੀਰ ਤੁਸੀਂ ਲਾਸਟ ਟਰੈਕਟ ਦੇਖ ਲਓ, ਇਹ ਹੈਗਾ ਜੀ ਆਇਸ਼ਰ ਟਰੈਕਟ ਹੈਗਾ ਵੀਰ, ਇਹ ਆਇਸ਼ਰ 557 2017 ਮਾਡਲ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਹੁੱਡ ਛਤਰੀ ਲੱਗੇ ਹੋਏ ਆ ਵੀਰ ਜੀ, ਸ਼ੋਅ ਲਾ ਕੇ ਥੱਲੇ ਰੱਖੀ ਹੋਈ ਵੀਰ ਨੇ, ਤੁਸੀਂ ਦੇਖ ਰਹੇ ਹੋ। ਆਇਸ਼ਰ 557 5,50,000 ਰੁਪਏ ਦੀ ਡਿਮਾਂਡ ਹੈ ਵੀਰ, ਇਹ ਲਾਸਟ ਰੇਟ ਨਹੀਂ, ਮੌਕੇ 'ਤੇ ਘੱਟ ਵੱਧ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ। ਸੰਗਰੂਰ ਵੀਰ ਦਾ ਏਰੀਆ ਜੀ, ਆਇਸ਼ਰ 557 2017 ਮਾਡਲ, 5,50,000 ਰੁਪਏ ਦੀ ਡਿਮਾਂਡ, ਸੰਗਰੂਰ ਏਰੀਆ, 80 ਪੈਸੇ ਟਾਇਰ ਪਏ ਨੇ। ਕਿਸਾਨ ਵੀਰ ਦਾ ਨੰਬਰ ਸਾਰੇ ਨੋਟ ਕਰ ਲੈਣ ਜੀ, 94781 31981, 94781 31981 ਵੀਰ ਦਾ ਨੰਬਰ ਹੈ, ਜਿਹਤੇ ਤੁਸੀਂ ਫੋਨ ਕਰਕੇ ਅਤੇ ਇਹ ਟਰੈਕਟ ਖਰੀਦ ਸਕਦੇ ਹੋ ਜੀ। ਅਤੇ ਹੁਣ ਕਰਦੇ ਵੀਰ ਆਪਾਂ ਕਮੈਂਟਾਂ ਦੀ ਗੱਲ, ਤੁਹਾਨੂੰ ਪਤਾ ਹੀ ਜਿੱਦਾਂ ਕਿ ਆਪਾਂ ਲਾਸਟ ਵੀਡੀਓ ਦੇ ਵਿੱਚ ਸਾਰੇ ਵੀਰਾਂ ਦੇ ਕਮੈਂਟ ਪੜ੍ਹਦੇ ਹੁੰਦੇ ਹਾਂ ਜੀ, ਅਤੇ ਕਿਹੜੇ ਕਿਹੜੇ ਕਮੈਂਟ ਵੀਰਾਂ ਨੇ ਕੀਤੇ ਜੀ ਉਹਨਾਂ ਬਾਰੇ ਆਪਾਂ ਕਰਦੇ ਹਾਂ ਜੀ ਗੱਲ। ਅਤੇ ਹੁਣ ਦੇਖਦੇ ਹਾਂ ਆਪਾਂ ਕਮੈਂਟ। ਬਲਵੀਰ ਨੇ ਲਿਖਿਆ ਜੀ, ਜੇ ਅਰਜੁਨ 555 ਪਾਵਰ ਪਲੱਸ 16928 ਦੇ ਟਾਇਰਾਂ 'ਚ ਹੋਇਆ ਤਾਂ ਜ਼ਰੂਰ ਦੱਸਿਓ।
ਅਤੇ ਭੁਪਿੰਦਰ ਬਰਾੜ ਨੇ ਲਿਖਿਆ ਜੀ ਬਾਈ ਜੀ ਬਹੁਤ ਵਧੀਆ। ਨਵਦੀਪ ਨੇ ਲਿਖਿਆ ਕੋਕਾ। ਜਿੰਮੀ ਖਾਨ ਨੇ ਲਿਖਿਆ ਬਹੁਤ ਵਧੀਆ ਵੀਰ। ਅਤੇ ਸੁਖਬਣ ਨੇ ਲਿਖਿਆ ਜੀ ਵੈਰੀ ਨਾਈਸ ਵੀਡੀਓ। ਗੁਰਪ੍ਰੀਤ ਸਿੰਘ ਨੇ ਲਿਖਿਆ ਬਾਈ ਜਿਪਸੀ ਹਰਿਆਣਾ ਨੰਬਰ ਹੈ। ਆ ਵੀ ਤੁਸੀਂ ਪੁੱਛ ਸਕਦੇ ਹੋ ਵੀਰ ਨੂੰ ਕੰਟੈਕਟ ਕਰਕੇ। ਅਤੇ ਜਸਕਰ ਨੇ ਲਿਖਿਆ ਵੀਰ ਆਪਣੀ ਵੀ ਐਡ ਲਾ ਦਿਓ। ਵੀਰ ਅਸੀਂ ਸਾਰੀਆਂ ਨੰਬਰ ਅਤੇ ਜਿੰਨੀਆਂ ਵੀ ਫੋਟੋਆਂ ਆਈਆਂ ਸਾਡੇ ਨੰਬਰ 'ਤੇ ਸਾਰੀਆਂ ਕੱਢ ਲਈਆਂ। ਅਤੇ ਹੁਣ ਸਾਰੇ ਵੀਰਾਂ ਦੀਆਂ ਐਡਾਂ ਅਸੀਂ ਲਾ ਦਾਂ ਇੱਕ ਦੋ ਦਿਨ 'ਚ। ਕਾਫੀ ਜ਼ਿਆਦਾ ਐਡਸ ਆਪਣੇ ਕੋਲ ਆ ਰਹੀਆਂ ਨੇ, ਇਸ ਕਰਕੇ 2-4 ਦਿਨ ਲੇਟ ਹੋ ਜਾਂਦੀ ਹੈ, ਪਰ ਸਾਰੀਆਂ ਐਡਾਂ ਵੀਰ ਅਸੀਂ ਲਗਾ ਰਹੇ ਹਾਂ ਜਲਦੀ ਤੋਂ ਜਲਦੀ। ਨਵਜੋਤ ਚੋਸਾ ਨੇ ਲਿਖਿਆ ਵੀਰ ਜੀ ਯਾਰ ਟਰੈਕਟਰ ਮੋਡੀਫਾਈ ਦੀ ਕੋਈ ਵੀਡੀਓ ਬਣਾਓ ਸ਼ੋਪ ਦੀ। ਵੀਰੇ ਦੀ ਸ਼ੋਪ ਦੀ ਵੀਡੀਓ ਆਪਾਂ ਦੂਸਰੇ ਚੈਨਲ 'ਤੇ ਲਗਾਵਾਂਗੇ, ਤੁਸੀਂ ਦੇਖ ਸਕਦੇ ਹੋ। ਅਤੇ ਕਾਫੀ ਸ਼ੋਪਾਂ ਦਾ ਅਸੀਂ ਰਿਵਿਊ ਕਰ ਰੱਖਿਆ, ਜਲਦੀ ਤੁਹਾਡੇ ਉਹਦੀ ਵੀਡੀਓ ਵੀ ਅਸੀਂ ਲੈ ਕੇ ਆਵਾਂਗੇ ਜੀ। ਸੰਦੀਪ ਸਿੰਘ ਨੇ ਲਿਖਿਆ ਨਾਈਸ। ਅਤੇ ਜਸਕਰਨ ਸਿੰਘ ਨੇ ਲਿਖਿਆ ਬਾਈ ਕੋਈ ਡੀਜ਼ਲ ਵਾਲੀ ਟੈਂਕੀ ਹੋਏ ਵੀਰ, ਜਿੱਦਾਂ ਹੀ ਕੋਈ ਆਪਣੇ ਕੋਲ ਡੀਜ਼ਲ ਵਾਲੀ ਟੈਂਕੀ ਆਉਂਦੀ ਹੈ ਤੁਹਾਨੂੰ ਜ਼ਰੂਰ ਦੱਸਾਂਗੇ। ਰਮਦੀਪ ਨੇ ਲਿਖਿਆ ਜੀ ਅੱਤ। ਜਤਿੰਦਰ ਸਿੰਘ ਨੇ ਲਿਖਿਆ ਨਾਈਸ। ਅਤੇ ਹੋਰ ਬਥੇਰੇ ਵੀਰਾਂ ਦੇ ਮਤਲਬ ਕਿ ਕਮੈਂਟ ਆਏ ਨੇ ਜਿਨ੍ਹਾਂ ਨੇ ਬਹੁਤ ਵਧੀਆ ਪਿਆਰ ਕਰ ਰਹੇ ਨੇ ਚੈਨਲ ਨੂੰ। ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖੋ ਜੀ, ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ। ਅਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ, ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊ ਜੀ। ਤਬ ਤੱਕ ਲਈ ਰੱਬ ਰਾਖਾ।